ਦੇਖੋ ਜੀ, ਮੇਰਾ ਨਾਮ ਵਰੁਣ ਸਰੀਨ ਆ। ਅੱਜ ਤੁਹਾਨੂੰ ਜਿੱਦਾਂ ਪੂਰੇ ਦੇਸ਼ ਵਾਸੀਆਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਰਾਮ ਮੰਦਿਰ ਦੀ ਵਧਾਈ। ਅੱਜ ਜਿੱਦਾਂ ਕਿ ਤੁਹਾਨੂੰ ਪਤਾ ਸਾਡੇ ਦੇਸ਼ ਵਾਸਤੇ ਬਹੁਤ ਇਤਿਹਾਸਿਕ ਦਿਨ ਆ, ਅੱਜ ਮਹਾਂਦੀਵਾਲੀ ਦੇ ਰੂਪ 'ਚ ਇਹ ਦਿਨ ਮਨਾਇਆ ਜਾ ਰਿਹਾ ਵਾ। ਅਤੇ ਸਾਡੇ ਵੱਲੋਂ ਵੀ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਕਿ ਆਪਾਂ ਹਰ ਗਰੀਬ ਪਰਿਵਾਰ ਨੂੰ ਜਾਂ ਜਿਹਨੂੰ ਵੀ ਲੋੜ ਹੈ ਅਸੀਂ ਉਹਨੂੰ ਆਟੇ ਦੇ ਤੋੜੇ ਦੇ ਰਹੇ ਹਾਂ। ਅਸੀਂ 108 ਆਟੇ ਦੇ ਤੋੜੇ ਇੱਥੇ ਲਾਰਮ ਸੂਟ ਵੰਡ ਕੇ ਚੱਲੇ ਹਾਂ ਅਤੇ 108 ਤੋੜੇ ਹਾਲੇ ਆਪਾਂ ਗਊਸ਼ਾਲਾ ਲੋਹਗੜ ਵਾਲੇ ਬੰਨੇ ਵੀ ਵੰਡਣੇ ਨੇ, ਕਿਉਂਕਿ 108 ਦਾ ਮਹੱਤਵ ਸਾਡੇ ਹਿੰਦੂ ਧਰਮ 'ਚ ਬਹੁਤ ਮਾਇਨੇ ਰੱਖਦਾ ਵਾ। ਅਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਰਾਮ ਲੱਲਾ ਦੇ ਪ੍ਰਾਣ ਪ੍ਰਿਸ਼ਠਾ ਜਿੱਥੇ ਹੋਈ ਆ ਮੰਦਰ ਦੀ, ਉੱਥੇ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ। ਅਤੇ ਸਾਰਿਆਂ ਨੂੰ ਇਹੀ ਉਹ ਬੇਨਤੀ ਕਰਦੇ ਹਾਂ ਕਿ ਵੱਧ ਚੜ੍ਹ ਕੇ ਇੱਕ ਦੂਜੇ ਦਾ ਸਹਿਯੋਗ ਕਰਿਆ ਕਰੋ। ਦੇਖੋ ਜੀ, ਲੰਗਰ, ਚਲੋ ਲੰਗਰ ਆਪਣੀ ਆਪਣੀ ਸ਼ਰਧਾ ਵਾ, ਲੰਗਰ ਲਾਉਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਇਤਿਹਾਸਿਕ ਦਿਨ ਹੈ। ਲੇਕਿਨ ਲੰਗਰ ਇੱਕ ਟਾਈਮ ਕਿਸੇ ਨੂੰ ਰੋਟੀ ਖਵਾ ਸਕਦੇ ਹੋ? ਅਸੀਂ ਸੋਚਿਆ ਕਿ ਅਸੀਂ ਕੁਛ ਇਹੋ ਜਿਹਾ ਕਰੀਏ ਕਿ ਘੱਟੋ ਘੱਟ ਉਹਨਾਂ ਦੇ ਕੁਛ ਦਿਨ ਤਾਂ ਚੰਗੇ ਬਤੀਤ ਹੋਣ, ਅਤੇ ਇਸ ਕਰਕੇ ਅਸੀਂ ਆਟਾ ਵੰਡਿਆ। ਦੇਖੋ ਜੀ, ਮੇਰਾ ਨਾਮ ਵਰੁਣ ਸਰੀਨ ਆ। ਅੱਜ ਤੁਹਾਨੂੰ ਜਿੱਦਾਂ ਪੂਰੇ ਦੇਸ਼ ਵਾਸੀਆਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਰਾਮ ਮੰਦਿਰ ਦੀ ਵਧਾਈ। ਅੱਜ ਜਿੱਦਾਂ ਕਿ ਤੁਹਾਨੂੰ ਪਤਾ ਸਾਡੇ ਦੇਸ਼ ਵਾਸਤੇ ਬਹੁਤ ਇਤਿਹਾਸਿਕ ਦਿਨ ਆ, ਅੱਜ ਮਹਾਂਦੀਵਾਲੀ ਦੇ ਰੂਪ 'ਚ ਇਹ ਦਿਨ ਮਨਾਇਆ ਜਾ ਰਿਹਾ ਵਾ। ਅਤੇ ਸਾਡੇ ਵੱਲੋਂ ਵੀ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਕਿ ਆਪਾਂ ਹਰ ਗਰੀਬ ਪਰਿਵਾਰ ਨੂੰ ਜਾਂ ਜਿਹਨੂੰ ਵੀ ਲੋੜ ਹੈ ਅਸੀਂ ਉਹਨੂੰ ਆਟੇ ਦੇ ਤੋੜੇ ਦੇ ਰਹੇ ਹਾਂ। ਅਸੀਂ 108 ਆਟੇ ਦੇ ਤੋੜੇ ਇੱਥੇ ਲਾਰਮ ਸੂਟ ਵੰਡ ਕੇ ਚੱਲੇ ਹਾਂ ਅਤੇ 108 ਤੋੜੇ ਹਾਲੇ ਆਪਾਂ ਗਊਸ਼ਾਲਾ ਲੋਹਗੜ ਵਾਲੇ ਬੰਨੇ ਵੀ ਵੰਡਣੇ ਨੇ, ਕਿਉਂਕਿ 108 ਦਾ ਮਹੱਤਵ ਸਾਡੇ ਹਿੰਦੂ ਧਰਮ 'ਚ ਬਹੁਤ ਮਾਇਨੇ ਰੱਖਦਾ ਵਾ। ਅਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਰਾਮ ਲੱਲਾ ਦੇ ਪ੍ਰਾਣ ਪ੍ਰਿਸ਼ਠਾ ਜਿੱਥੇ ਹੋਈ ਆ ਮੰਦਰ ਦੀ, ਉੱਥੇ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ। ਅਤੇ ਸਾਰਿਆਂ ਨੂੰ ਇਹੀ ਉਹ ਬੇਨਤੀ ਕਰਦੇ ਹਾਂ ਕਿ ਵੱਧ ਚੜ੍ਹ ਕੇ ਇੱਕ ਦੂਜੇ ਦਾ ਸਹਿਯੋਗ ਕਰਿਆ ਕਰੋ। ਦੇਖੋ ਜੀ, ਲੰਗਰ, ਚਲੋ ਲੰਗਰ ਆਪਣੀ ਆਪਣੀ ਸ਼ਰਧਾ ਵਾ, ਲੰਗਰ ਲਾਉਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਇਤਿਹਾਸਿਕ ਦਿਨ ਹੈ। ਲੇਕਿਨ ਲੰਗਰ ਇੱਕ ਟਾਈਮ ਕਿਸੇ ਨੂੰ ਰੋਟੀ ਖਵਾ ਸਕਦੇ ਹੋ? ਅਸੀਂ ਸੋਚਿਆ ਕਿ ਅਸੀਂ ਕੁਛ ਇਹੋ ਜਿਹਾ ਕਰੀਏ ਕਿ ਘੱਟੋ ਘੱਟ ਉਹਨਾਂ ਦੇ ਕੁਛ ਦਿਨ ਤਾਂ ਚੰਗੇ ਬਤੀਤ ਹੋਣ, ਅਤੇ ਇਸ ਕਰਕੇ ਅਸੀਂ ਆਟਾ ਵੰਡਿਆ। ਦੇਖੋ ਜੀ, ਮੇਰਾ ਨਾਮ ਵਰੁਣ ਸਰੀਨ ਆ। ਅੱਜ ਤੁਹਾਨੂੰ ਜਿੱਦਾਂ ਪੂਰੇ ਦੇਸ਼ ਵਾਸੀਆਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਰਾਮ ਮੰਦਿਰ ਦੀ ਵਧਾਈ। ਅੱਜ ਜਿੱਦਾਂ ਕਿ ਤੁਹਾਨੂੰ ਪਤਾ ਸਾਡੇ ਦੇਸ਼ ਵਾਸਤੇ ਬਹੁਤ ਇਤਿਹਾਸਿਕ ਦਿਨ ਹੈ, ਅੱਜ ਮਹਾਂਦੀਵਾਲੀ ਦੇ ਰੂਪ 'ਚ ਇਹ ਦਿਨ ਮਨਾਇਆ ਜਾ ਰਿਹਾ ਵਾ। ਅਤੇ ਸਾਡੇ ਵੱਲੋਂ ਵੀ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਕਿ ਆਪਾਂ ਹਰ ਗਰੀਬ ਪਰਿਵਾਰ ਨੂੰ ਜਾਂ ਜਿਹਨੂੰ ਵੀ ਲੋੜ ਹੈ ਅਸੀਂ ਉਹਨੂੰ ਆਟੇ ਦੇ ਤੋੜੇ ਦੇ ਰਹੇ ਹਾਂ। ਅਸੀਂ 108 ਆਟੇ ਦੇ ਤੋੜੇ ਇੱਥੇ ਲਾਰਮ ਸੂਟ ਵੰਡ ਕੇ ਚੱਲੇ ਹਾਂ ਅਤੇ 108 ਤੋੜੇ ਹਾਲੇ ਆਪਾਂ ਗਊਸ਼ਾਲਾ ਲੋਹਗੜ ਵਾਲੇ ਬੰਨੇ ਵੀ ਵੰਡਣੇ ਨੇ, ਕਿਉਂਕਿ 108 ਦਾ ਮਹੱਤਵ ਸਾਡੇ ਹਿੰਦੂ ਧਰਮ 'ਚ ਬਹੁਤ ਮਾਇਨੇ ਰੱਖਦਾ ਵਾ। ਅਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਰਾਮ ਲੱਲਾ ਦੇ ਪ੍ਰਾਣ ਪ੍ਰਿਸ਼ਠਾ ਜਿੱਥੇ ਹੋਈ ਆ ਮੰਦਰ ਦੀ, ਉੱਥੇ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ। ਅਤੇ ਸਾਰਿਆਂ ਨੂੰ ਇਹੀ ਉਹ ਬੇਨਤੀ ਕਰਦੇ ਹਾਂ ਕਿ ਵੱਧ ਚੜ੍ਹ ਕੇ ਇੱਕ ਦੂਜੇ ਦਾ ਸਹਿਯੋਗ ਕਰਿਆ ਕਰੋ। ਦੇਖੋ ਜੀ, ਲੰਗਰ, ਚਲੋ ਲੰਗਰ ਆਪਣੀ ਆਪਣੀ ਸ਼ਰਧਾ ਵਾ, ਲੰਗਰ ਲਾਉਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਇਤਿਹਾਸਿਕ ਦਿਨ ਹੈ। ਲੇਕਿਨ ਲੰਗਰ ਇੱਕ ਟਾਈਮ ਕਿਸੇ ਨੂੰ ਰੋਟੀ ਖਵਾ ਸਕਦੇ ਹੋ? ਅਸੀਂ ਸੋਚਿਆ ਕਿ ਅਸੀਂ ਕੁਛ ਇਹੋ ਜਿਹਾ ਕਰੀਏ ਕਿ ਘੱਟੋ ਘੱਟ ਉਹਨਾਂ ਦੇ ਕੁਛ ਦਿਨ ਤਾਂ ਚੰਗੇ ਬਤੀਤ ਹੋਣ, ਅਤੇ ਇਸ ਕਰਕੇ ਅਸੀਂ ਆਟਾ ਵੰਡਿਆ।